ਕੱਲ੍ਹ ਸ਼ਾਮ 4:30 ਵਜੇ ਦੀ ਗੱਲ ਹੈ ਜੀ, ਅਤੇ ਮੈਨੂੰ ਮੇਰੇ ਡਿਪਾਰਟਮੈਂਟ ਵਾਲੇ ਰਿਸੀਵ ਕਰਨ ਆਏ ਸੀ ਏਅਰਪੋਰਟ 'ਤੇ। ਮੈਨੂੰ ਤਾਂ ਉਦੋਂ ਕੋਈ ਪਤਾ ਵੀ ਨਹੀਂ ਸੀਗਾ, ਰਾਤ ਨੂੰ ਮੈਨੂੰ 10:30 ਵਜੇ ਪਤਾ ਲੱਗਿਆ ਜੀ। ਬੜਾ ਦੁੱਖ ਲੱਗਿਆ ਜੀ, ਪਿਛਲੇ 5-6 ਮਹੀਨੇ ਤੋਂ ਮੈਂ ਤਾਂ ਘਰ ਵੀ ਨਹੀਂ ਆਇਆ ਹੈਗਾ ਇਹ ਗੇਮਾਂ ਕਰਕੇ, ਅਤੇ ਮੈਂ ਉੱਥੇ ਟਰਾਈ ਵੀ ਕਰ ਰਿਹਾ ਵੀ 1 ਤਰੀਕ ਦੀ ਟਿਕਟ ਹੋ ਜਾਵੇ, ਅਤੇ ਉੱਥੋਂ ਸਾਰੀਆਂ ਟੀਮਾਂ ਵਾਪਸ ਆਉਣ ਕਰਕੇ ਟਿਕਟ ਹੋਈ ਨਹੀਂ ਮੇਰੀ। ਬੜਾ ਸੁਪਨਾ ਸੀਗਾ, ਪਿਤਾ ਨੇ ਤੁਹਾਨੂੰ ਇਸ ਗੇਮ 'ਚ ਪਾਇਆ, ਉਹਨਾਂ ਨੂੰ ਗੋਲਡ ਮੈਡਲ ਦਿਖਾਉਣ ਦਾ, ਉਹਨਾਂ ਨੂੰ ਵੀ ਬੜੀ ਖੁਸ਼ੀ ਸੀ। ਕੁਝ ਦਿਨ ਪਹਿਲਾਂ ਅਸੀਂ ਉਹਨਾਂ ਦੇ ਚਿਹਰੇ 'ਤੇ ਦੇਖਿਆ, ਬੜੀ ਖੁਸ਼ੀ ਸੀ ਤੁਹਾਡੀ ਜਿੱਤ ਦੀ, ਸਾਰੇ ਪਿੰਡ ਨੂੰ ਖੁਸ਼ੀ ਸੀ। ਅੱਜ ਉਹ ਪਿਤਾ ਨਹੀਂ ਰਹੇ, ਤੁਹਾਡਾ ਸੁਪਨਾ ਰਹਿ ਗਿਆ ਕਿ ਉਹਨਾਂ ਨੂੰ ਗੋਲਡ ਮੈਡਲ ਦਿਖਾਉਣ ਦਾ? ਹਾਂਜੀ, ਦੇਖੋ ਸਾਰਾ ਕੁਛ ਵਧੀਆ ਹੋ ਰਿਹਾ ਸੀਗਾ ਜੀ। ਉਹ ਮੈਨੂੰ ਪਿਛਲੇ 5-6 ਦਿਨ ਤੋਂ ਕਈ ਵੀ ਜਾ ਰਹੇ ਸੀਗੇ, ਜਿਹੜੇ ਮੇਰੇ ਫਰੈਂਡ ਉੱਥੇ ਸੀ ਕਈ, ਵੀ ਮੈਂ ਕਦੋਂ ਆਉਣਾ ਵਾ। ਬਸ ਰੱਬ ਨੂੰ ਜੋ ਮਨਜ਼ੂਰ ਸੀਗਾ ਜੀ ਉਹੀ। ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੀ, ਇਕਲੌਤਾ ਪੁੱਤਰ ਹੋਣ ਦੇ ਨਾਤੇ ਤੁਹਾਨੂੰ ਆਪਦੇ ਤੋਂ ਦੂਰ ਰੱਖਿਆ, ਬਿਮਾਰੀ ਸੀ ਉਹਨਾਂ ਨੂੰ, ਅਤੇ ਫਿਰ ਵੀ ਤੁਹਾਡੇ ਵੱਲ ਜ਼ਿਆਦਾ ਧਿਆਨ ਸੀਗਾ ਉਹਨਾਂ ਦਾ ਕਿ ਖੇਡਾਂ ਦੇ ਵਿੱਚ ਮੇਰਾ ਮੁੰਡਾ ਨਾਮ ਰੋਸ਼ਨ ਕਰੇ, ਦੇਸ਼ ਦਾ, ਆਪਦਾ, ਸਾਡੇ ਪਿੰਡ ਦਾ। ਅਤੇ ਅੱਜ ਉਹ ਪਿਤਾ ਨਹੀਂ ਰਹੇ। ਹਾਂਜੀ, ਮੈਨੂੰ ਕਦੇ ਉਹਨਾਂ ਨੇ ਫੀਲ ਹੋਣ ਨਹੀਂ ਦਿੱਤਾ ਵੀ ਮੈਂ ਜ਼ਿਆਦਾ ਬਿਮਾਰ ਹਾਂ ਜੀ, ਨਾ ਹੀ ਮੇਰੀ ਮਦਰ ਨੇ ਹੋਣ ਦਿੱਤਾ, ਨਾ ਹੀ ਮੇਰੇ ਡੈਡੀ ਜੀ ਨੇ ਹੋਣ ਦਿੱਤਾ ਜੀ, ਤਾਂ ਹੀ ਇੱਥੋਂ ਤੱਕ ਪਹੁੰਚਿਆ ਜੀ। ਤੁਹਾਡੀ ਗੇਮ ਦੇ ਵਿੱਚ ਕਿੰਨਾ ਕੋਈ ਯੋਗਦਾਨ ਸੀ ਜਾਂ ਤੁਹਾਡੇ? ਸਾਰਾ ਯੋਗਦਾਨ ਹੀ ਕਲਬ ਪਹਿਲੇ ਨੰਬਰ 'ਤੇ ਪਰਿਵਾਰ ਦਾ ਹੁੰਦਾ ਜੀ, ਬਾਅਦ 'ਚੋਂ ਕੋਚ ਦਾ, ਯਾਰਾਂ ਮਿੱਤਰਾਂ ਦਾ, ਸਾਰਿਆਂ ਦਾ। ਜਦੋਂ ਤੁਸੀਂ ਫਲਾਈਟ 'ਤੇ ਬੈਠੇ, ਕਿਸ ਤਰ੍ਹਾਂ ਦਾ ਤੁਹਾਡੇ ਮਨ 'ਚ ਫੀਲਿੰਗ ਸੀਗੀ ਪਿਤਾ ਜੀ ਨੂੰ ਮਿਲਣਾ ਜਾ ਕੇ ਅਤੇ ਗੋਲਡ ਮੈਡਲ ਉਹਨਾਂ ਦੀ ਚੋਰੀ ਪਾਉਣਾ? ਹਾਂਜੀ, ਕੁਛ ਇਹ ਤਾਂ ਸੋਚਿਆ ਤਾਂ ਇੱਦਾਂ ਹੀ ਸੀ, ਪਰ ਇੱਥੇ ਆ ਕੇ ਕੁਛ ਹੋਰ ਹੀ ਪਤਾ ਚੱਲਿਆ, ਤਾਂ ਗੱਲ ਸਹਿਣ ਨਹੀਂ ਹੋਈ। ਕਿਸ ਤਰ੍ਹਾਂ ਤੁਹਾਨੂੰ ਪ੍ਰੇਰਿਤ ਕਰਦੇ ਸੀ ਖੇਡਾਂ ਵੱਲ ਜਾਣ ਨੂੰ? ਤਾਂ ਦੇਖੋ ਗੋਲਡ ਜਿੱਤਿਆ ਜੀ, 2 ਰਿਕਾਰਡ ਕੀਤੇ ਨੇ, ਅਤੇ ਮੈਨੂੰ ਲੱਗਦਾ ਸਭ ਤੋਂ ਖੁਸ਼ ਉਹੀ ਹੋਣਗੇ ਅੱਜ ਦੇ ਟਾਈਮ 'ਤੇ। ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? उनके घर में हूँ और आज इस बात की खुशी है कि सारा देश इस पे गर्व कर रहा है, परंतु जिस बाप ने जन्म दिया वो बाप इस खुशी देखने के लिए आज नहीं है, परंतु जहाँ भी हैं उनकी रूह है वो इनको आशीर्वाद दे रही है। और ये गोल्ड मेडलिस्ट गांव खोसा में हम इस टाइम खड़े हैं, और ज़िला मोगा की शान है और देश की शान है, और जो भी पंजाब सरकार की तरफ से मैक्सिमम परिवार के भलाई के लिए, इनकी भलाई के लिए होगा, वो हम ज़रूर पंजाब सरकार की तरफ से कराएंगे। परसों संस्कार है, परिवार वाले बाहर से भी आ रहे हैं, इकट्ठे होके रस्म अदा होने के बाद तजिंदर जी से मेरी बात भी हुई है। अभी आज तक ये इंडियन नेवी में ये काम कर रहे हैं, इनकी इच्छा है कि पंजाब में सेवा करने की और पंजाब पुलिस में जाने की। इसके बारे में इनकी एग्जैक्ट जो मांग है वो ले ली जाएगी और ਪੰਜਾਬ ਸਰਕਾਰ ਕੋ ਦੇ ਦੀ ਜਾਏਗੀ, ਕਿਉਂਕਿ ਪੰਜਾਬ ਸਰਕਾਰ ਦੇਸ਼ ਕੇ ਮਾਨ ਔਰ ਖਿਡਾਰੀ ਕਾ ਖਾਸ ਤੌਰ ਕੇ ਸਤਿਕਾਰ ਕਰਤੀ ਹੈ, ਔਰ ਸਰਕਾਰ ਕੀ ਤਰਫ ਸੇ ਮੈਂ ਇਨਕੋ ਵੀ ਤਜਿੰਦਰ ਕੋ ਸਲਾਮ ਕਰਤਾ ਹੂੰ। ਤੋ ਸਰ ਅਭੀ ਤੱਕ ਸਰਕਾਰ ਨੇ ਕੁਛ ਐਲਾਨ ਕੀਆ ਇਨਕੇ ਲੀਏ? ਦੇਖੀਏ, ਐਸਾ ਹੈ ਜੀ ਕਿ ਅੱਜ ਜੋ ਇੱਕ ਗਮੀ ਕਾ ਸਮਾਂ ਹੈ ਔਰ ਪਰਸੋਂ ਸੰਸਕਾਰ ਹੈ, ਔਰ ਸਰ ਇਸੀ ਲਈ ਜੋ ਇਨਕੀ ਮੰਗ ਹੈ ਉਸਕੇ ਅਕੋਰਡਿੰਗ ਰਾਏ ਕਰਕੇ ਸਰਕਾਰ ਕੀ ਇੰਸਟਰਕਸ਼ਨਸ ਕੋ ਦੇਖ ਕੇ ਹੋਏ ਮੈਕਸੀਮਮ ਆਪਣਾ ਦੇਸ਼ ਕੇ ਗੌਰਵ ਕੇ ਸਮਾਨ ਮੇ ਕਾਮ ਕੀਆ ਜਾਏਗਾ। ਸਰ ਤਜਿੰਦਰ ਨੇ ਗੋਲਡ ਮੈਡਲ ਜੀਤਾ ਦੇਸ਼ ਕੇ ਲੀਏ, ਦੇਸ਼ ਮੇ ਦੇਸ਼ ਕਾ ਨਾਮ ਰੋਸ਼ਨ ਕੀਆ ਹੈ, ਤੋ ਸਰਕਾਰ ਨੇ ਕੋਈ ਵੀ ਇਨਕੇ ਲੀਏ ਕੋਈ ਆਫਰ ਵਗੈਰਾ ਨਹੀਂ ਦੀਏ? ਐਸਾ ਜੀ ਕਿ ਅਭੀ ਜੋ ਤਜਿੰਦਰ ਜੀ ਨੇ ਮੁਝੇ ਅਭੀ ਬਤਾਇਆ ਕਿ ਮੈਂ ਇੰਡੀਅਨ ਨੇਵੀ ਮੇ ਲਗਾ ਹੂੰ ਔਰ ਵਹਾਂ ਇੱਕ ਅੱਛੀ ਪੋਸਟ ਮੇ ਹੈ, ਪਰੰਤੂ ਇਹ ਕਹਤੇ ਹੈ ਕਿ ਮੈਂ ਪੰਜਾਬ ਮੇ ਆਉਣਾ ਚਾਹਤਾ ਹੂੰ। ਅਭੀ ਇਹਨਾਂ ਨੇ ਆਪਣਾ ਇੰਟਰਸਟ ਅਭੀ ਸ਼ੋ ਕੀਆ ਹੈ, ਜੋ ਇਨਕੀ ਇੱਛਾ ਹੋਗੀ ਹਮ ਹਾਜ਼ਰ ਹੈ, ਸਰਕਾਰ ਵੀ ਹਾਜ਼ਰ ਹੈ ਔਰ DC ਵੀ ਹਾਜ਼ਰ ਹੈ। ਜਬ ਮੈਨੇ ਕਹਿ ਦਿਆ ਕਿ ਹਮ ਇਨਕੋ ਸਲਾਮ ਕਰਤੇ ਹੈ, ਤੋ ਜੋ ਇਨਕੀ ਇੱਛਾ ਹੋਗੀ ਪੂਰੀ ਕੀ ਜਾਏਗੀ। ਤੋ ਸਰ ਕ੍ਰਿਕਟ ਕੇ ਇਲਾਵਾ ਬਾਕੀ ਖਿਲਾੜੀਓ ਕਾ ਹਮੇਸ਼ਾ ਗਿਲਾ ਰਹਤਾ ਹੈ ਕਿ ਪੰਜਾਬ ਸਰਕਾਰ ਉਨਕੀ ਔਰ ਧਿਆਨ ਦੇ? ਨਹੀਂ ਨਹੀਂ, ਐਸੀ ਬਾਤ ਨਹੀਂ, ਪੰਜਾਬ ਸਰਕਾਰ ਕੇ ਲੀਏ ਕ੍ਰਿਕਟ ਹੋ, ਸਕੁਆਸ਼ ਹੋ, ਬੈਡਮਿੰਟਨ ਹੋ, ਸਭ ਬਰਾਬਰ ਹੈ। ਪੰਜਾਬ ਸਰਕਾਰ ਕੀ ਸਪੋਰਟਸ ਪਾਲਿਸੀ ਸਭੀ